मैं गरीब सच टेक तू मेरे सतगुर पूरे देख तुम्हारा दर्शनों मेरा मन तीरे प्रीत करो ऐसी प्रीत करो ऐसी प्रीत करो ऐसी प्रीत करो मन मेरे आठ पहर प्रभ जानो मेरे ऐसी प्रीत करो मन मेरे आठ पहर प्रभ जानो मेरे ऐसी प्रीत करो करो ऐसी प्रीत करो ऐसी प्रीत करो मन में सिंचो हर हर ना दिन कीर्तन हर गुणगान अन दिन कीर्तन हर गुणगान अन दिन कीर्तन हर गुणगान ऐसी प्रीत करो 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 मन मेरे आठ पहर प्रभ जानो मेरे ऐसी प्रीत करो मन मेरे आठ पहर प्रभ जानो मेरे ऐसी प्रीत करो करो ऐसी प्रीत करो ऐसी प्रीत करो कहो नानक जाके निर्मल पा कहो नानक जाके निर्मल पा हर चरणी ताका मन ला हर चरणी ताका मन ला हर चरणी ताका मन लाग ऐसी प्रीत करो करो ऐसी प्रीत करो ऐसी प्रीत करो ऐसी प्रीत करो मन मेरे आठ पहर प्रभ जानो मेरे ऐसी प्रीत करो मन मेरे आठ पहर प्रभ जानो मेरे ऐसी प्रीत करो ऐसी प्रीत करो करो ऐसी प्रीत करो ऐसी प्रीत करो ऐसी प्रीत करो इथों लखनऊ दियां समूह संगतां गुरु करदे प्रधान सरदार गुरमीत सिंह जी डॉक्टर अते इथों दे गुरु दे कीर्तनीए भाई वीर सिंह जी पूरा स्टाफ
ਅਤੇ ਖਾਸ ਕਰ ਮੇਰੇ ਵੀਰ ਜੀ ਪੋਪਲੀ ਵੀਰ ਜੀ ਮਨਮੋਹਨ ਸਿੰਘ ਜੀ ਜਿਨ੍ਹਾਂ ਨਾਲ ਜਦੋਂ ਬਚਨ ਬਿਲਾਸ ਹੋਏ ਤੇ ਵੀਰ ਜੀ ਉਹਨਾਂ ਨੇ ਆਖਿਆ ਕਿ ਭਾਈ ਸਾਹਿਬ ਜੀ ਕੱਲ ਦੀ ਹਾਜ਼ਰੀ ਆਪ ਜੀ ਇੱਥੇ ਭਰੋ ਤੇ ਆਪ ਜੀ ਦੀ ਇਹ ਰਿਕਾਰਡਿੰਗ ਜਿੱਥੇ ਵੀ ਦੇਸਾਂ ਵਿਦੇਸਾਂ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਪਰਿਵਾਰ ਗੁਰਸਿੱਖ ਵਸਦੇ ਹਨ ਇਹ ਆਪ ਜੀ ਦਾ ਸੰਦੇਸ਼ ਗੁਰੂ ਘਰ ਦਾ ਗੁਰਬਾਣੀ ਦਾ ਦੱਸ ਪਹੁੰਚਾਵੇਗਾ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਮਨਮੋਹਨ ਸਿੰਘ ਜੀ ਪੋਪਲੀ ਜਿਨ੍ਹਾਂ ਦਾ ਇਹ ਯੁੱਧ ਦੇ ਵਿੱਚ ਜੋ ਹਮੇਸ਼ਾ ਹੀ ਗੁਰੂ ਘਰ ਦੇ ਨਾਲ ਪਿਆਰ ਅਤੇ ਗੁਰਬਾਣੀ ਨਾਲ ਪਿਆਰ ਕਰਦੇ ਹਨ ਦਾਸ ਇਹੀ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ ਵਿੱਚ ਕਰੇਗਾ ਕਿ ਪਰਮੇਸ਼ਰ ਇਸ ਚੈਨਲ ਨੂੰ ਇਸ ਪਰਿਵਾਰ ਨੂੰ ਜੋ ਗੁਰੂ ਘਰ ਨਾਲ ਇਤਨੀ ਕਹਿੰਦੇ ਹਨ ਗੁਰੂ ਨੇ ਸਾਨੂੰ ਸਾਰਿਆਂ ਨੂੰ ਰਾਗੀ ਬਣਾਇਆ ਹੈ ਸਭ ਨੂੰ ਗੁਰਬਾਣੀ ਗਾਇਨ ਅਤੇ ਸੁਣਨ ਦਾ ਬਲ ਦਿੱਤਾ ਹੈ ਇਸੇ ਮੰਤਵ ਨਾਲ ਮਨਮੋਹਨ ਸਿੰਘ ਪੋਪਲੀ ਲਾਈਵ ਟੇਰਾ ਟੇਰਾ ਨੇ ਗੁਰਬਾਣੀ ਕੀਰਤਨ ਨੂੰ ਸਿੱਧਾ ਲਖਨਊ ਤੋਂ ਸ਼ੁਰੂ ਕਰਕੇ ਅੱਜ ਦੇਸ਼ਾਂ ਵਿਦੇਸ਼ਾਂ ਤੱਕ ਯੂਟਿਊਬ ਦੇ ਜ਼ਰੀਏ ਪਹੁੰਚਾ ਕੇ ਇੱਕ ਮੁਕਾਮ ਹਾਸਲ ਕੀਤਾ ਹੈ ਗੁਰੂ ਇਹਨਾਂ ਦੀ ਗੁਰਬਾਣੀ ਪ੍ਰਚਾਰ ਪ੍ਰਸਾਰ ਨੂੰ ਬਲ ਬਖਸ਼ੇ ਅਤੇ ਸੇਵਾ ਕਰਦਿਆਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ